काफी है परिवार ਦੇ ਬਿਲਕੁਲ ਇਹਨਾਂ ਕਾਫੀ ਹੈ ਪਰਿਵਾਰ ਲਈ ਮੈਂ ਕੋਸ਼ਿਸ਼ ਕਰੂੰਗਾ ਫੋਟੋ ਵੀ ਦਿਖਾਈਏ ਕਿਉਂਕਿ ਜਦ ਅਸੀਂ ਮਿਲਣ ਲਈ ਪਹੁੰਚੇ ਜੋੜੀ ਨੂੰ ਤਾਂ ਇਹਨਾਂ ਹੀ ਕਿਹਾ ਗਿਆ ਸੀ ਕਿ ਸਿਰਫ ਫੋਟੋ ਕਰਵਾਓ ਤੁਸੀਂ ਤੁਸੀਂ ਆਸ਼ੀਰਵਾਦ ਦਿਓ ਤੁਸੀਂ ਕਿਸੇ ਤਰੀਕੇ ਦਾ ਕੋਈ ਸਗਨ ਜਿਹੜਾ ਹੈ ਉਹ ਨਹੀਂ ਦੇਣਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੈਲਫੀ ਵੀ ਲਿੱਤੀ ਗਈ ਫੋਟੋਆਂ ਵੀ ਲਿੱਤੀਆਂ ਗਈਆਂ ਇਸ ਤਰੀਕੇ ਨਾਲ ਮਤਲਬ ਤੁਸੀਂ ਤਿਆਰੀ ਦੇਖ ਸਕਦੇ ਹੋ ਪਿੱਛੇ ਵੀ ਦੇਖ ਸਕਦੇ ਹੋ ਬੈਕਗ੍ਰਾਉਂਡ ਦੇਖ ਸਕਦੇ ਹੋ ਬਿਲਕੁਲ ਸਿੰਪਲ ਫੰਕਸ਼ਨ ਜਿਹੜਾ ਹੈ ਉਹ ਕੀਤਾ ਗਿਆ ਕਿਸੇ ਤਰੀਕੇ ਦਾ ਕੋਈ ਜਿਹੜਾ ਹੈ ਉਹ ਜ਼ਿਆਦਾ VIP ਕਲਚਰ ਜਾਂ ਕੁਛ ਉਸ ਤਰੀਕੇ ਨਾਲ ਕੁਛ ਦੇਖਣ ਨੂੰ ਨਹੀਂ ਮਿਲਿਆ ਕੋਈ ਸ਼ੋਸ਼ੇਬਾਜ਼ੀ ਦੇਖਣ ਨੂੰ ਨਹੀਂ ਮਿਲੀ ਕਿਸੇ ਤਰੀਕੇ ਦੇ ਕੋਈ ਕਿਉਂਕਿ ਇਹ ਕਿਹਾ ਜਾਂਦਾ ਕਿ ਲੈਵਿਸ਼ ਵੈਡਿੰਗ ਹੁੰਦੀ ਹੈ ਬਿਗ ਫੈਟ ਪੰਜਾਬੀ ਵੈਡਿੰਗ ਕਿਹਾ ਜਾਂਦਾ ਕਈ ਵਾਰ ਪਰ ਜੇ ਤੁਸੀਂ ਗੁਰਦੁਆਰੇ 'ਚ ਗੁਰਦੁਆਰੇ ਦੀ ਵੀ ਮਰਿਆਦਾ ਸੀਗੀ ਅਤੇ ਆਪਣੀ ਵੀ ਮਰਿਆਦਾ ਸੀਗੀ ਅਤੇ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਪਹਿਲੀ ਪ੍ਰੈਸ ਕਾਨਫਰੰਸ 'ਚ ਕਹਿ ਕੇ ਹਟੇ ਸੀ ਕਿ ਮੈਂ ਬੜੇ ਗਰੀਬ ਪਰਿਵਾਰ ਤੋਂ ਜ਼ਮੀਨੋਂ ਉੱਠ ਕੇ ਜਿਹੜਾ ਇੱਥੇ ਤੱਕ ਪਹੁੰਚਿਆ ਕਿਵੇਂ ਇੱਕ MC ਇਜ਼ ਇਕੁਅਲ ਟੂ CM ਇਹ ਉਹਨਾਂ ਨੇ ਗੱਲ ਕਹੀ ਸੀ ਤਾਂ ਉਹ ਚੀਜ਼ ਵੀ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਹਨੇ ਕਿਹਾ ਕਿ ਸਿਕਿਉਰਿਟੀ ਦੀ ਇੰਨੀ ਲੋੜ ਨਹੀਂ ਮੈਨੂੰ ਕਿਉਂਕਿ ਮੈਂ ਆਪਣੇ ਨਾਲ ਲੋਕ ਜੋੜਨਾ ਚਾਹੁੰਦਾ ਆਪਣੇ ਨਾਲ ਸਿਕਿਉਰਿਟੀ ਜੋੜਨਾ ਨਹੀਂ ਚਾਹੁੰਦਾ ਉਹ ਚੀਜ਼ ਦੇਖਣ ਨੂੰ ਮਿਲੀ ਕਿਉਂਕਿ ਨਾ ਸਿਰਫ ਪੋਲੀਟੀਸ਼ੀਅਨਸ ਬਿਊਰੋਕਰੈਟ ਬਲਕਿ ਜਿਹੜੇ ਵੱਡੇ ਬਿਜ਼ਨਸਮੈਨ ਨੇ ਜਾਂ ਫਿਰ ਜਿਹੜੇ ਆਸ-ਪਾਸ ਦੇ ਪਰਿਵਾਰਿਕ ਲੋਕ ਨੇ ਉਹ ਹਰ ਕੋਈ ਪਹੁੰਚੇ ਯਾਨੀ ਸਿਰਫ ਸਿਰਫ ਤੇ ਸਿਰਫ ਜਿਹੜੇ ਆਸ-ਪਾਸ ਦੇ ਖਾਸ ਲੋਕ ਸੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਸਿਰਫ VVIP ਸ਼ੋਸ਼ਾ ਦਿਖਾਉਣ ਲਈ ਹੋਰ ਜਨਤਾ ਨੂੰ ਨਹੀਂ ਬੁਲਾਇਆ ਗਿਆ ਸੀ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਰਿਸੈਪਸ਼ਨ ਪਾਰਟੀ ਵੀ ਹੋਣੀ ਹੈ ਤੇ ਰਿਸੈਪਸ਼ਨ 'ਚ ਜਿਹੜਾ ਹੈ ਹੋਰ ਲੋਕਾਂ ਨੂੰ ਵੀ ਇਨਵਾਈਟ ਕੀਤਾ ਜਾਏਗਾ ਜੀ ਅੱਛਾ ਦੋ ਨਾਮ ਜਿਹੜੇ ਨੇ ਉਹਨਾਂ 'ਤੇ ਬੜੀ ਨਿਗਾਹ ਸੀ ਸਭ ਦੀ ਕਿ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਪਹੁੰਚੇਗੇ ਔਰ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਪਹੁੰਚੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾ ਪਹੁੰਚਣ ਪਿੱਛੇ ਕੀ ਕਾਰਨ ਸਮਝਦੇ ਹੋ ਲਖੀਮਪੁਰ ਖੀਰੀ ਤੋਂ ਤਾਂ ਵਾਪਸ ਪਹੁੰਚ ਗਏ ਨਵਜੋਤ ਸਿੰਘ ਸਿੱਧੂ ਜਾਂ ਹਲੇ ਰਸਤੇ 'ਚ ਨੇ ਦੇਖੋ ਨਵਜੋਤ ਸਿੰਘ ਸਿੱਧੂ ਵਾਪਸ ਪਹੁੰਚ ਚੁੱਕੇ ਨੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਪਰ ਜੇ ਪ੍ਰਗਟ ਸਿੰਘ ਦੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਖਾਸ ਉਹ ਇੱਥੇ ਪਹੁੰਚੇ ਜਿਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਦੇ ਵਿਧਾਇਕ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਖਿਲਾਫਤ ਕੀਤੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਕੰਮ ਵਧੀਆ ਤਰੀਕੇ ਨਾਲ ਨਹੀਂ ਕਰ ਰਹੇ ਉਹਨੇ ਗੱਲ ਕਹੀ ਸੀ ਉਹ ਹਰ ਕੋਈ ਇੱਥੇ ਪਹੁੰਚਿਆ ਪ੍ਰਗਟ ਸਿੰਘ ਆਪ ਪਹੁੰਚੇ ਜੇ ਸ਼ੁਰੂਆਤੀ ਦੌਰ ਤੋਂ ਲੈ ਕੇ ਆਖਿਰ ਤੱਕ ਇੱਥੇ ਰਹੇ ਹਾਲਾਂਕਿ ਤੁਹਾਨੂੰ ਦੱਸ ਦਈ ਕਿ ਹਲੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਅੰਦਰ ਹੀ ਨੇ ਤਾਂ ਹਰ ਕੋਈ ਪਹੁੰਚਿਆ ਪਰ ਨਵਜੋਤ ਸਿੰਘ ਸਿੱਧੂ ਨਹੀਂ ਪਹੁੰਚੇ ਕਿਤੇ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਨਾਰਾਜ਼ਗੀ ਹੈ ਕਿਸ ਤਰੀਕੇ ਦੀ ਨਾਰਾਜ਼ਗੀ ਹੈ ਹਰ ਕੋਈ ਜਾਣਦਾ ਕਿਉਂ ਨਾਰਾਜ਼ਗੀ ਹੈ ਕੀ ਕੋਈ ਪੂਰੀ ਗੱਲ ਜਿਹੜੀਆਂ ਉਹਨਾਂ ਦੀ ਮੰਗਾਂ ਉਹ ਰੱਖੀਆਂ ਨਹੀਂ ਗਈਆਂ DGP ਦੀ ਗੱਲ ਕਰੀਏ AG ਦੀ ਗੱਲ ਕਰੀਏ ਉਹ ਜਿਹੜੇ ਉਹ ਨਹੀਂ ਲਾਏ ਗਏ ਸ਼ਾਇਦ ਉਸ ਤਰੀਕੇ ਦੀ ਨਾਰਾਜ਼ਗੀ ਹੱਲੇ ਵੀ ਹੈ ਰੈਜ਼ਿਗਨੇਸ਼ਨ ਦਿੱਤਾ ਵਾ ਐਕਸੈਪਟ ਨਹੀਂ ਹੋਇਆ ਪਰ ਨਾਲ ਦੇ ਨਾਲ ਜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਕਿਤੇ ਨਾ ਕਿਤੇ ਪਾਰਟੀ ਤੋਂ ਹੀ ਨਾਰਾਜ਼ ਚੱਲ ਰਹੇ ਨੇ ਪਾਰਟੀ ਤੋਂ ਖਫਾ ਨਜ਼ਰ ਆ ਰਹੇ ਨੇ ਲੇਕਿਨ ਇਹ ਵੀ ਕਿਹਾ ਜਾ ਰਿਹਾ ਕਿ ਕਈ ਸਾਰੇ ਵਿਧਾਇਕ ਜਿਹੜੇ ਉਹਨਾਂ ਦੇ ਨਾਲ ਦੇ ਨੇ ਉਹ ਇੱਥੇ ਪਹੁੰਚੇ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਪ੍ਰੋਫੈਸ਼ਨਲ ਫੰਕਸ਼ਨ ਨਹੀਂ ਹੈ ਇੱਕ ਪਰਸਨਲ ਫੰਕਸ਼ਨ ਹੈ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਹੈ ਤਾਂ ਬੇਟੇ ਦੇ ਵਿਆਹ ਕਰਕੇ ਇੱਕ ਪਰਸਨਲ ਫੰਕਸ਼ਨ ਕਰਕੇ ਜਿਹੜਾ ਹੈ ਉਹ ਹਰ ਕੋਈ ਜਿਹੜਾ ਹੈ ਉਹ ਇੱਥੇ ਪਹੁੰਚਿਆ ਜੀ ਸੋ ਉਹਨਾਂ ਦੇ ਇੱਕ ਪਰਸਨਲ ਜਿਹਾ ਫੰਕਸ਼ਨ ਸੀ ਬਟ ਫਿਰ ਵੀ ਜੇ ਆਪਾਂ ਬਜ਼ਮ ਗੱਲ ਕਰੀਏ ਜੀ ਤੁਸੀਂ ਇਹ ਕਿਹਾ ਕਿ ਕਿਸੇ ਨੂੰ ਸ਼ਗਨ ਦੇਣ ਤੋਂ ਮਨਾਹੀ ਕਰਤੀ ਸੀ ਔਰ ਬੜਾ ਸਾਦਾ ਰਿਹਾ ਤਾਂ ਇਗਜ਼ਾਮਪਲ ਤਾਂ ਹੈ ਨਾ ਇਹ ਲੋਕਾਂ ਦੇ ਬਿਲਕੁਲ ਇਗਜ਼ਾਮਪਲ ਤਾਂ ਹੈ ਮਤਲਬ ਉਹ ਖਾਸ ਕਰਕੇ ਸਾਡਾ ਪੰਜਾਬ ਹੀ ਨਹੀਂ ਪੂਰੇ ਮੁਲਕ ਦੇ ਵਿੱਚ ਹੀ ਭਾਰਤੀ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਮਸ਼ਹੂਰ ਨੇ ਇਸ ਗੱਲ ਦੇ ਲਈ ਕਿ ਵਿਆਹਾਂ 'ਤੇ ਬਹੁਤ ਖਰਚ ਕਰਦੇ ਆ ਜਿਵੇਂ ਤੁਸੀਂ ਵੀ ਉਹਨਾਂ ਗੱਲ ਕਰ ਰਹੇ ਸੀ ਬਿਗ ਫੈਟ ਵੈਡਿੰਗਸ ਹੈ ਨਾ ਉਸ ਤਰ੍ਹਾਂ ਦਾ ਨਹੀਂ ਤਾਂ ਲੋਕਾਂ ਨੂੰ ਮੋਟੀਵੇਸ਼ਨ ਤਾਂ ਥੋੜ੍ਹੀ ਬਹੁਤ ਮਿਲੇਗੀ ਉਹ ਵੀ ਜ਼ਰੂਰ ਦੇਖੋ ਉੱਥੇ ਲਿਖਿਆ ਹੋਇਆ ਕਹਿੰਦੇ ਪੰਜਾਬ ਇਨਵੈਸਟ ਇਨ ਦਾ ਬੈਸਟ ਹੁਣ ਜਿਸ ਤਰੀਕੇ ਨਾਲ ਪੁੱਤਰ ਦਾ ਵਿਆਹ ਕੀਤਾ ਗਿਆ ਹੈ ਵਧੀਆ ਇੱਕ ਅੱਛੇ ਤਰੀਕੇ ਨਾਲ ਇਨਵੈਸਟਮੈਂਟ ਕੀਤੀ ਗਈ ਹੈ ਪਰ ਕਿਸੇ ਤਰੀਕੇ ਦੀ ਕੋਈ ਸ਼ੋਸ਼ੇਬਾਜ਼ੀ ਨਹੀਂ ਦਿਖਾਈ ਗਈ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਿਰਫ ਦੱਸਣ ਲਈ ਇਹ ਸਾਹਮਣੇ ਹੀ ਲੱਗਿਆ ਹੋਇਆ ਬਿਲਕੁਲ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਤੇ ਸਾਫ ਤੌਰ ਤੇ ਦਰਸਾਉਂਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਜਿਹੜਾ ਹੈ ਵਿਆਹ ਵੀ ਕਰ ਸਕਦੇ ਹੋ ਜਿਹਦੇ ਵਿੱਚ VVIP ਹੋਏ ਜਾਂ VIP ਹੋਏ